ਫੀਲ ਹੋ ਰਿਹਾ, ਮਹਿਸੂਸ ਹੋ ਰਿਹਾ ਹੈ। ਸਰਕਾਰਾਂ ਦੇ ਚਰਨਾਂ ਦੇ ਨਾਲ ਪਿਆਰ ਹੈ ਔਰ ਪੂਰੇ ਹੰਸ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਹੈ। ਹਜ਼ਰਤ ਆਲੀਆ ਬਾਪੂ ਕਿਸ਼ਨ ਮਸਤ ਜੀ, ਦਿੱਲੀ ਵਾਲੀਆਂ ਸਰਕਾਰਾਂ, ਹੁਸ਼ਿਆਰਪੁਰ ਵਾਲੀਆਂ ਸਰਕਾਰਾਂ, ਜਿਨ੍ਹਾਂ ਦਾ ਮੇਲਾ ਪੂਰੀ ਸੰਗਤ ਵੱਲੋਂ ਬਹੁਤ ਹੀ ਚਵਨ ਨਾਲ ਰੀਝਾਂ ਨਾਲ ਮਨਾਇਆ ਜਾ ਰਿਹਾ। ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਫਕੀਰਾਂ ਦੀ ਆਮਦ ਹੋਈ ਹੈ। ਸਾਂਝਾ ਦਰਬਾਰ ਨੰਗਜਾ ਪੀਰ ਸਾਹਿਬ ਲਾਲਾਂ ਵਾਲੀ ਸਰਕਾਰਾਂ ਦੇ ਦਰਬਾਰ ਤੋਂ ਸਾਡੇ ਰਹਿਬਰ ਜਸ ਮੁਹੰਮਦ ਜੀ, ਉਹਨਾਂ ਦੀ ਆਮਦ ਹੋਈ ਹੈ। ਔਰ ਬਾਬਾ ਬਾਲਾ ਜੀ ਉਹ ਵੀ ਪਹੁੰਚੇ ਹੈ ਔਰ ਬਾਬਾ ਸਿਕਰੀ ਮਹਾਰਾਜ ਉਹ ਵੀ ਪਹੁੰਚੇ। ਇਸ ਤੋਂ ਬਾਅਦ ਸਾਰਿਆਂ ਚਰਨਾਂ ਵਿੱਚ ਆਰਾਮ ਸਲਾਮ ਨਜ਼ਰ ਕਰਦੇ ਹਾਂ। ਔਰ ਸਾਡੇ ਅੰਕਲ ਜੀ ਚੰਡੀਗੜ੍ਹ ਤੋਂ 22 ਸੈਕਟਰ ਤੋਂ ਉਹ ਵੀ ਪਹੁੰਚੇ ਹੈ। ਸੋ ਸਾਰਿਆਂ ਨੂੰ ਜੀ ਆਇਆ ਔਰ ਅਗਰਵਾਲ ਸਾਹਿਬ ਪੂਰੀ ਤਮਾਮ ਸੰਗਤ ਨੂੰ ਬਹੁਤ ਬਹੁਤ ਮੁਬਾਰਕ ਹੈ। ਆਓ ਇਸ ਮਹਿਫਲ ਦਾ ਆਗਾਜ਼ ਕਰੀਏ। ਇਸ ਮਹਿਫਲ ਦਾ ਆਗਾਜ਼ ਤੁਹਾਡੇ ਤੋਂ ਕਰਦੇ ਹਾਂ, ਇੱਕ ਬੇਨਤੀ ਹੈ, ਜ਼ੋਰਦਾਰ ਤਾਲੀਆਂ ਬਾਬੂ ਕਿਸ਼ਨ ਮਸਤ ਜੀ ਉਹਨਾਂ ਲਈ ਵੀ ਜ਼ਿਆਦਾ ਜ਼ੋਰਦਾਰ ਤਾਲੀਆਂ। ਜਿਕਰਾ ਬਾਬੂ ਕਿਸ਼ਨ ਮਸਤ ਜੀ ਦਾ ਬਹੁਤ ਸੱਚ ਦਰਬਾਰ ਕੀ। ਸੋ ਬਹੁਤ ਪਿਆਰ ਨਾਲ ਬੈਠੋ। ਇਧਰਲੀ ਸਾਈਡ ਤੇ ਸਾਰੇ ਵੀਰ ਬਜ਼ੁਰਗ ਬੈਠਣਗੇ ਔਰ ਇਧਰਲੀ ਸਾਈਡ ਤੇ ਭੈਣਾਂ ਮਾਤਾਵਾਂ ਬੈਠਣਗੇ। ਔਰ ਸਮਾਂ ਬਹੁਤ ਹੋ ਚੁੱਕਿਆ ਹੈ। ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ਵਕਤ ਕੀ ਖਾਸੀਅਤ ਹੈ ਜੇ ਕਿ ਜੇ ਕਭੀ ਝੁਕਤਾ ਨਹੀਂ ਸਾਂਸੇ ਰੁਕ ਜਾਤੀ ਹੈ ਮਗਰ ਵਕਤ ਕਭੀ ਰੁਕਤਾ ਨਹੀਂ। ਸੋ ਵਕਤ ਜਿਹੜਾ ਚੱਲਦਾ ਰਹਿੰਦਾ, ਸਮਾਂ ਹੋ ਚੁੱਕਿਆ ਕਾਫੀ। ਔਰ ਮੈਂ ਬੇਨਤੀ ਕਰੂੰਗਾ ਜਿਹੜੇ ਵੀਰ ਇੱਧਰ ਪਿੱਛੇ ਖੜੇ ਹੈ, ਸੋ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਸੀਂ ਬਹੁਤ ਪਿਆਰ ਨਾਲ ਆ ਕੇ ਪੰਡਾਲ ਵਿੱਚ ਬੈਠੋ, ਬਿਰਾਜਮਾਨ ਹੋਵੋ, ਕਿਉਂਕਿ ਬਹੁਤ ਅੱਛਾ ਅਰੇਂਜਮੈਂਟ ਕੀਤਾ ਗਿਆ ਹੈ ਸਾਰੇ ਸੇਵਾਦਾਰਾਂ ਵੱਲੋਂ, ਪੂਰੀ ਹੰਸ ਫੈਮਿਲੀ ਵੱਲੋਂ। ਔਰ ਸਾਰਿਆਂ ਨੂੰ, ਵੈਸੇ ਤਾਂ ਸਾਰਿਆਂ ਨੂੰ ਕਰਨਾ ਚਾਹੀਦਾ, ਉਹ ਬਹੁਤ ਪਿਆਰ ਨਾਲ ਕਰਨਗੇ, ਥੋੜ੍ਹਾ ਕਰਾਊਡ ਨਹੀਂ ਹੋਣਾ ਚਾਹੀਦਾ ਇੱਥੇ। ਸੋ ਪਲੀਜ਼ ਮੇਰੇ ਵੱਲੋਂ ਬੇਨਤੀ ਹੈ ਔਰ ਬੱਚਿਆਂ ਨੂੰ ਖਾਸ ਤੌਰ 'ਤੇ ਬੇਨਤੀ ਹੈ, ਬੱਚੇ ਵੀ ਬਹੁਤ ਪਿਆਰ ਨਾਲ ਬੈਠਣਗੇ। ਬਟਾਲੇ ਤੋਂ ਜਿਹੜੀ ਖਾਸ ਤੌਰ 'ਤੇ ਸੰਗਤ ਆਈ ਹੈ ਉਹਨਾਂ ਨੇ ਬਹੁਤ ਬਹੁਤ ਮੁਬਾਰਕਾਂ ਹੈ। ਅਗਰਵਾਲ ਸਾਹਿਬ ਟਾਈਮ ਬਹੁਤ ਹੋ ਚੁੱਕਿਆ ਹੈ, ਸ਼ੁਰੂ ਕਰੀਏ ਸਰਕਾਰਾਂ ਦੇ ਹੁਕਮ ਦੇ ਨਾਲ। ਹੰਸ ਰਾਜ ਹੰਸ ਜੀ ਨਾ ਹੀ ਐਸਾ ਹੈ, ਇੱਕ ਵਾਰ ਸਲਾਮ ਮੇਰੀ ਮਾਂ।
Yeah.